अस्सलाम वालेकुम दोस्तों, शौक़ की बात उस्ताद अली गुजर के साथ। वेलकम टू माय यूट्यूब चैनल फेयर पिजन क्लब। और अब हम असगर भाई के सेकंड पार्ट में जो है कुछ और नस्लों के कबूतर दिखाएंगे, जिनमें बटेरे भी हैं, लाल आंख के भी कबूतर होंगे। तो अभी मैं आपके इनके पर और आंख वगैरह इनका शौक़ करवाता हूँ जी। ये देखें जी, बड़े यूनिक कबूतर हैं जी बटेरे। कैसे जालीदार आंखें हैं इनकी, और ये देखें इनके पर देखें। इनके बंद उड़ने हैं जी, और ये भी जी देखें बटेरा जिसको। लो जी दोस्तों, एक और बटेरा देखो ते अभी माशाल्लाह, बस आइस लेवल देखो। ये देखो कैसी कुंडा जी, देखो कैसे शानदार पार्क। ये देखो दोस्तों, एक और फीमेल है। ये भी बटेरे कबूतर ने जी असगर भाई दे, और ये देखो जी ये खराब हो गया, ये पहले लोगों के ऐसे नहीं चलाते। ये फोर फीमेल है जी, पर देखो दिया इसमें। कितनी जालीदार आंख है। ये दा कुंडा, और ये भी बटेरा कबूतर है जी। लो जी दोस्तों, ए असगर भाई दे लाल अखां वाले परिंदे ने जी, कमकर देखो कैसी खूबसूरत अख है। आउटर है, क्योंकि कबूतर कुछ क्रीज च ने। ये देखो जी, ये देखो अजर। जी दोस्तों, ये भी असगर भाई का कमकर कबूतर ने, देखो तीन नंबर जोड़ा है जी उन्हों का। और ये देखो जी माशाल्लाह कलर देखो,
और ऐदा दे कुंदा जी और ऐ जी मादी है देखो कैसी साफ और शफाफ अख की मालक है ऐदा कुंदा है जी ये भी असगर भाई दी जी मगर कबूतर ने लाल अख से कबूतर ने जी दोस्तों ये भी असगर भाई दे कमगर कबूतर ने और असगर भाई दस रहे ने कि उस्ताद मलक मुबशर खोखर साहब मोकम खोखर साहब के घर दे पट्टियां पट्टे सी और ए उन्होंने घर के ब्रीड इन्हों को है और इन्होंने संभाल के रखी हुई है देखो ये भी जी मेल है लाहौर तो उस्ताद मलक मुबशर मोकम साहब के घर के कबूतर ने मलक मोकम के घर के उन्होंने कबूतर ने जी और यह देखो जी ਇਹ ਵੀ ਜੀ ਮਲਕ ਮੋਕਮ ਸਾਹਿਬ ਦੇ ਘਰ ਦੀ ਬਲੱਡ ਲਾਈਨ ਦੇ ਕਬੂਤਰ ਨੇ ਡੱਬ ਵਾਲੇ ਕਮੱਗਰ ਇਹ ਅਸਗਰ ਭਾਈ ਦੇ ਕੋਲ ਨੇ ਅਤੇ ਅੱਗੋਂ ਮਜ਼ੀਦ ਬਰੀਡ ਕਰ ਰਹੇ ਨੇ ਕ੍ਰੋਸ ਕਰ ਰਹੇ ਨੇ ਦੇਖੋ ਜੀ ਇੱਕ ਹੋਰ ਕਬੂਤਰ ਹੈ ਜੀ ਇਹਦਾ ਕੁੰਦਾ ਹੈ ਜੀ ਔਰ ਇਹਦਾ ਉੱਪਰ ਅਤੇ ਆਖਰ ਦੇ ਵਿੱਚ ਇੱਕ ਲੱਖੇ ਜੋੜੇ ਦਾ ਮੈਂ ਸ਼ੌਕ ਕਰਵਾਉਣਾ ਦੋਸਤਾਂ ਨੂੰ ਅਸਗਰ ਭਾਈ ਦੇ ਇੱਕ ਲੱਖੇ ਕਬੂਤਰ ਦਾ ਸ਼ੌਕ ਕਰਵਾਉਂਦੇ ਹਾਂ ਇਨਸ਼ਾਅੱਲਾ ਦੋਸਤਾਂ ਨੂੰ ਦੇਖ ਕੇ ਬਹੁਤ ਮਜ਼ਾ ਆਏਗਾ ਇਹ ਜੀ ਅਸਗਰ ਭਾਈ ਦਾ ਇੱਕ ਲੱਖਾ ਜੋੜਾ ਹੈ ਜੀ ਔਰ ਬਹੁਤ ਹੀ ਜ਼ਬਰਦਸਤ ਜੋੜਾ ਹੈ ਜੀ ਔਰ ਬੜਾ ਅੱਛਾ ਰਿਜ਼ਲਟ ਹੈ ਜੀ ਇਸ ਜੋੜੇ ਦਾ ਇਹ ਦੇਖੋ ਅਤੇ ਅੱਛਾ ਇਹ ਤਾਂ ਜੀ ਆਊਟਰ ਹੈ ਇਸ ਕਬੂਤਰੀ ਦਾ ਕਿਉਂਕਿ ਪਰ ਕੱਟੇ ਹੋਏ ਨੇ ਅਤੇ ਇਸ ਤੋਂ ਜਿਹੜਾ ਨਾ ਇਹ ਜੀ ਲੱਖਾ ਮੇਲ ਹੈ ਦੇਖੋ ਕੈਸੇ ਜ਼ਰਾਤ ਵਾਲੀਆਂ ਅੱਖਾਂ ਨੇ ਇਹਨਾਂ ਦੀਆਂ ਮਾਸ਼ਾਅੱਲਾ ਖੂਬਸੂਰਤ ਕਬੂਤਰ ਹੈ ਜੀ ਅਤੇ ਅਸਗਰ ਭਾਈ ਦੱਸ ਰਹੇ ਨੇ ਬੜਾ ਅੱਛਾ ਰਿਜ਼ਲਟ ਹੈ ਇਸ ਜੋੜੇ ਦਾ ਬਸ ਹੋ ਗਿਆ ਕੀ ਲਓ ਜੀ ਦੋਸਤੋ ਇੱਕ ਬੜੀ ਹੀ ਯੂਨੀਕ ਕਬੂਤਰੀ ਦਾ ਤੁਹਾਨੂੰ ਸ਼ੌਕ ਕਰਵਾ ਰਹੇ ਹਾਂ ਜੋਂ ਸ੍ਰੀ ਟੈਡੀ ਕਬੂਤਰੀ ਹੈ ਬਹੁਤ ਹੀ ਖੂਬਸੂਰਤ ਲਾਜਵਾਬ ਕਬੂਤਰੀ ਹੈ ਜੀ
और यह देखो जी यदा आउटर देखो माशाल्लाह कितना खूबसूरत है इस कबूतरी का। और यह जी टेल है जी, और यह कुंडा है जी, बड़ी शानदार कबूतरी है। ये पंजे ने ठीक है, और यह कबूतर जी ये लगा हुआ है, यह असगर भाई का फिरोजपुरी कबूतर है जी। यह देखो जी क्या जबरदस्त कबूतर है जी, और ए दी टेल है जी, और ए दे पिंजरे ने ए दा उत्तर है जी। ਇਹ ਜੀ ਮੈਂ ਅਸਗਰ ਸਾਹਿਬ ਦੇ ਘਰ ਦੇ ਕਬੂਤਰ ਨੇ ਜੀ, ਅਤੇ ਇਹ ਦਿਖਾ ਰਹੇ ਨੇ ਜੀ ਅਸਗਰ ਭਾਈ, ਅਤੇ ਇਹ ਦੇਖੋ ਮਾਸ਼ਾਅੱਲਾ ਕਬੂਤਰੀ ਦਾ ਆਊਟਰ ਦੇਖੋ, ਔਰ ਇਹ ਦਾ ਹੁੰਦਾ ਹੈ ਜੀ, ਔਰ ਬਿਲਕੁਲ ਬੰਦ ਟੇਲ ਦੀ ਕਬੂਤਰੀ ਹੈ। ਇਹ ਵੀ ਜੀ ਮੇਲ ਹੈਗਾ ਉਸ ਕਬੂਤਰੀ ਦਾ, ਔਰ ਬੜਾ ਹੀ ਖੂਬਸੂਰਤ ਕਬੂਤਰ ਹੈ ਜੀ। ਇਹ ਵੀ ਮਹਿਰਾਂ ਦੇ ਕਬੂਤਰ ਨੇ, ਔਰ ਇਹਦਾ ਮਾਸ਼ਾਅੱਲਾ ਆਊਟਰ ਦੇਖੋ, ਔਰ ਟੇਲ ਦੇਖੋ ਕੈਸੀ ਹੈਗੀ ਹੈ। ਲਓ ਜੀ ਦੋਸਤੋ ਅਸਗਰ ਭਾਈ ਦਾ ਤੁਸੀਂ ਸ਼ੌਕ ਦੇਖਿਆ, ਮਾਸ਼ਾਅੱਲਾ ਕਾਫੀ ਨਸਲਾਂ ਦੇ ਕਬੂਤਰ ਨੇ ਉਹਨਾਂ ਕੋਲ, ਔਰ ਬੜਾ ਹੀ ਮਜ਼ਾ ਆਇਆ ਹੋਏਗਾ ਇਨਸ਼ਾਅੱਲਾ ਤੁਹਾਨੂੰ ਦੇਖ ਕੇ, ਬਹੁਤ ਮਜ਼ਾ ਆਏਗਾ, ਇੰਜੋਏ ਕਰੋਗੇ, ਬਹੁਤ ਆਲਾ ਕਬੂਤਰ ਨੇ। ਅਤੇ ਜਿਸ ਦੋਸਤ ਨੂੰ ਅਗਰ ਅਸਗਰ ਭਾਈ ਦੇ ਕੋਈ ਕਬੂਤਰ ਚਾਹੀਦੇ ਹੋਣ ਤਾਂ ਤੁਸੀਂ ਅਸਗਰ ਭਾਈ ਨਾਲ ਰਾਬਤਾ ਕਰ ਸਕਦੇ ਹੋ। ਅਸਗਰ ਭਾਈ ਆਪਣਾ ਕੋਈ ਕੰਟੈਕਟ ਨੰਬਰ ਹੈ ਤਾਂ ਉਹ ਦੇਣਾ ਚਾਹੋ ਆਪਣੇ ਦੋਸਤਾਂ ਨੂੰ। ਦੋ ਨੰਬਰ ਯੂ ਦਾ ਵੀ ਅਤੇ ਸੌਂਗ ਦਾ ਵੀ ਹੈ। ਤੁਸੀਂ ਆਪਣਾ ਜਿਹੜਾ ਨਾ ਨੰਬਰ ਰਿਪੀਟ ਕਰੋ ਜੀ ਜ਼ਰਾ। 0336705867 ਇਹ ਯੂ ਦਾ ਨੰਬਰ ਜੀ, ਅਤੇ ਜ਼ੋਂਗ ਦਾ ਨੰਬਰ ਹੈ ਜੀ 0344-7456-372। ਜਿਸ ਭਾਈ ਨੂੰ ਬੱਚੇ ਬੁੱਚੇ ਚਾਹੀਦੇ ਹੋਣ ਤਾਂ ਰਾਬਤਾ ਕਰ ਸਕਦੇ ਜੀ। ਅਤੇ ਲਓ ਦੋਸਤੋ ਹੁਣ ਅਸੀਂ ਇਜਾਜ਼ਤ ਚਾਹਵਾਂਗੇ, ਇਨਸ਼ਾਅੱਲਾ ਬੜੀ ਜਲਦ ਅਸੀਂ ਇੱਕ ਨਵੀਂ ਵੀਡੀਓ ਦੇ ਨਾਲ ਹਾਜ਼ਰ ਹੋਵਾਂਗੇ, ਅਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਅਸਗਰ ਭਾਈ ਦੇ ਕਬੂਤਰ ਬਹੁਤ ਪਸੰਦ ਆਏ ਹੋਣਗੇ। ਅਤੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਕਿ ਸਾਡੇ ਚੈਨਲ ਨੂੰ ਬਹੁਤ ਸਾਰੀ ਦੁਨੀਆ ਦੇਖ ਰਹੀ ਹੈ ਲੇਕਿਨ ਸਬਸਕ੍ਰਾਈਬ ਔਰ ਸ਼ੇਅਰ ਨਹੀਂ ਕਰ ਰਹੀ ਪੂਰੀ ਤਰ੍ਹਾਂ। ਅਤੇ ਸਭ ਦੋਸਤ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਔਰ ਸ਼ੇਅਰ ਵੀ ਕਰੋ, ਅਤੇ ਇਸੇ ਤਰ੍ਹਾਂ ਫੇਸਬੁੱਕ ਦੇ ਉੱਤੇ ਵੀ ਫੇਅਰ ਪਿਜਨ ਕਲੱਬ ਔਰ ਯੂਟਿਊਬ ਦੇ ਉੱਤੇ ਵੀ ਫੇਅਰ ਪਿਜਨ ਕਲੱਬ। ਅਤੇ ਇਨਸ਼ਾਅੱਲਾ ਜਲਦ ਹਾਜ਼ਰ ਹੋਵਾਂਗੇ ਇੱਕ ਬਹੁਤ ਹੀ ਅੱਛੀ ਵੀਡੀਓ ਦੇ ਨਾਲ। ਅੱਲਾ ਹਾਫਿਜ਼।